ਚੀਕਾਂ ਮੋਟਾ ਨਹੀਂ ਖਾ ਜਾਂਦਾ, ਇਹਨੂੰ ਰਾਜੇ ਖਾਂਦੇ ਆ, ਪਰ ਉਹ ਰਾਜੇ ਖਾਂਦੇ ਫਿਰ ਚੀਕਾਂ ਹੀ ਮਰਾਉਂਦੇ ਆ ਖਾ ਕੇ, ਫਿਰ ਬੋਲਦੇ ਆ ਨਾ ਭਾਸ਼ਣ ਕਰਦੇ ਆ ਫਿਰ ਚੀਕਾਂ ਹੀ ਮਰਾਉਂਦੇ ਫਿਰ ਖਾ ਕੇ। ਫੀਮ ਖਾਵਾਂਗੇ, ਫੀਮ ਨਾਲ ਇੱਕ ਅਟੈਕ ਨਹੀਂ ਹੁੰਦਾ ਬੰਦੇ ਦੀ, ਸਿਹਤ ਗਿਰੀ ਆ, ਕਿੱਦਣ ਕਹੋ ਕਿੱਦਣ ਕਹੋ ਉੱਦਣ ਕਹੋ ਠੀਕ ਹੁੰਦੀ ਆ। ਠੀਕ ਹੈ, ਬਸ ਮੇਰੇ ਹਿਸਾਬ ਨਾਲ 2 ਸਾਲਾਂ ਬਾਅਦ ਉਹ ਬਾਅਦ 'ਚ ਮੈਂ ਗੱਲ ਕਹਿਣਾ ਨਹੀਂ ਚਾਹੁੰਦਾ, ਕਿਹੜਾ ਚਿੱਟਾ ਪੀਂਦੇ ਚਿੱਟੇ ਨਾਲ ਖੱਸੀ ਹੋ ਜਾਂਦੀ, ਉਹ ਬੱਚੇ ਨੂੰ ਪੈਦਾ ਨਹੀਂ ਕਰ ਜਾਂਦੇ, ਤੋ ਬੱਚਾ ਨਹੀਂ ਪੈਦਾ ਕਰ ਜਾਂਦੇ ਜੋ ਮਰਜ਼ੀ ਹੋਵੇ। ਦੇਖੋ ਜੀ, ਪੰਜਾਬ ਦੇ ਅੰਦਰ ਬਹੁਤ ਲੰਮੇ ਸਮੇਂ ਤੋਂ ਪਹਿਲੋਂ ਅੱਜ ਤੋਂ ਪਹਿਲੋਂ ਠੇਕੇ ਹੁੰਦੇ ਸੀ ਪੰਜਾਬ 'ਚ, ਬੜਾ ਲੰਮੇ ਸਮੇਂ ਤੋਂ, ਬਾਅਦ 'ਚ ਠੇਕੇ ਬੰਦ ਹੋ ਗਏ। ਠੀਕ ਹੈ ਨਾ, ਠੇਕੇ ਕਿਹੜੇ ਪੰਜਾਬ ਦੇ ਅੰਦਰ ਖੁੱਲ੍ਹਣੇ ਚਾਹੀਦੇ ਆ, ਆਪਣੇ ਫੀਮ ਦੇ ਠੇਕੇ ਖੁੱਲ੍ਹਣ, ਭੁੱਕੀ ਦੇ ਠੇਕੇ ਖੁੱਲ੍ਹਣ, ਬਾਕੀ ਕਈ ਸੂਬਿਆਂ 'ਚ ਠੇਕੇ ਖੁੱਲ੍ਹੇ ਆ, ਤਰ ਹਜ਼ੂਰ ਸਾਹਿਬ ਨੂੰ ਜਾਈਦਾ ਰਾਜ ਬੜੇ ਠੇਕੇ ਹੁੰਦੇ ਆ। ਦੇਖੋ ਫੀਮ ਦੇ ਠੇਕੇ ਖੁੱਲ੍ਹਣਗੇ, ਇਹ 'ਚ ਜ਼ਿਮੀਦਾਰਾਂ ਨੂੰ ਬਹੁਤ ਵੱਡਾ ਫਾਇਦਾ, ਕਿਹੜਾ ਛੋਟਾ ਜ਼ਿਮੀਦਾਰ ਆ ਕਿਤਰਾ ਕਿੱਲੇ ਵਾਲਾ ਆ 2 ਕਿੱਲੇ ਵਾਲਾ, ਉਹਨੂੰ ਬਹੁਤ ਵੱਡਾ ਫਾਇਦਾ ਹੋਣਾ ਆ, ਤਰ ਉਹਨੂੰ ਆਪਣਾ ਤਰ ਬੀਜਣ ਦੀ ਆਗਿਆ ਦੇਣਗੇ, ਅਤੇ ਮੈਂ ਕਹਿੰਦਾ ਬਹੁਤ ਵੱਡਾ ਉਹ ਜ਼ਿਮੀਦਾਰ ਕਿਹੜਾ ਵਧੂ ਫੁੱਲੂ ਪੰਜਾਬ 'ਚ। ਠੀਕ ਹੈ ਨਾ, ਉਹਦੇ ਚਿਹਰੇ 'ਤੇ ਰੌਣਕ ਆਊ ਜ਼ਿਮੀਦਾਰ ਦੇ, ਅਤੇ ਕਿਹੜੇ ਹਰੇ ਆਪਣੇ ਦੂਜੇ ਆਪਣਾ ਚਿੱਟਾ, ਚਿੱਟੇ ਨੇ ਬਹੁਤ ਖਤਮ ਕੀਤੇ ਪੰਜਾਬ ਅੰਦਰ, ਕੋਈ ਸਾਡਾ ਨਹੀਂ, ਸਭ ਤੋਂ ਸੱਟ ਮਾਰੀ ਆ। ਮੈਂ ਇੱਕ ਗਰੰਟੀ ਨਾਲ ਜ਼ਰੂਰ ਕਿਹਾ, ਕਿੰਨਾ ਚਿਰ ਫੀਮ ਚੱਲੀ ਆ ਨਾ ਪੰਜਾਬ ਅੰਦਰ ਚੱਲੀ ਆ, ਬਾਹਰ ਲਾ ਲਓ, ਫੀਮ ਖਾ ਕੇ ਬੰਦਾ ਨਹੀਂ ਮਰਿਆ, ਕੋਈ ਬੰਦਾ ਕਹਿੰਦੇ ਫੀਮ ਖਾ ਕੇ ਬੰਦਾ ਮਰਿਆ, ਫੀਮ ਨਾਲ ਬੰਦਾ ਕੰਮ ਕਰਦਾ ਆਪਣੇ ਖੇਤਾਂ 'ਚ ਜਾਂਦਾ ਆ, ਦੂਣਾ ਕੰਮ ਕਰਦਾ ਫੀਮ ਨਾਲ, ਕਿਹੜਾ ਚਿੱਟਾ ਚਿੱਟੇ ਵਾਲਾ ਕੰਮ ਨਹੀਂ ਕਰਦਾ, ਉਹ ਗੁੰਗਾ ਬੋਲਾ ਹੀ ਹੋ ਜਾਂਦਾ, ਪਤਾ ਨਹੀਂ ਕੀ ਉਹ 'ਚ ਘੋਲ ਕੇ ਪਾਇਆ, ਟੀਕੇ ਲਾਈ ਜਾਂਦੇ ਆ, ਟੀਕੇ ਨਾਲ ਮੁੜ ਕੇ, ਮੇਰੇ ਹਿਸਾਬ ਨਾਲ 2 ਸਾਲਾਂ ਬਾਅਦ ਉਹ ਬਾਅਦ 'ਚ ਮੈਂ ਗੱਲ ਕਹਿਣਾ ਨਹੀਂ ਚਾਹੁੰਦਾ, ਕਿਹੜਾ ਚਿੱਟਾ ਪੀਂਦੇ ਚਿੱਟੇ ਨਾਲ ਖੱਸੀ ਹੋ ਜਾਂਦੀ, ਉਹ ਬੱਚੇ ਨੂੰ ਪੈਦਾ ਨਹੀਂ ਕਰ ਜਾਂਦੇ, ਤੋ ਬੱਚਾ ਨਹੀਂ ਪੈਦਾ ਕਰ ਜਾਂਦੇ ਜੋ ਮਰਜ਼ੀ ਹੋਵੇ, ਤੋ ਖਤਮ ਹੋ ਜਾਂਦੇ ਆ। ਸਭ ਤੋਂ ਵਧੀਆ ਇੱਕੋ ਹੀ ਤਰੀਕਾ ਆ, ਪੰਜਾਬ ਦੇ ਮੈਂ ਮੁੱਖ ਮੰਤਰੀ ਸਾਹਿਬ CM ਸਾਹਿਬ ਨੂੰ ਕਹਾਂਗਾ, ਅਤੇ ਉਹ ਮੰਗ ਕਰਨ ਸੈਂਟਰ 'ਚ, ਅਤੇ ਪੰਜਾਬ ਦੇ ਅੰਦਰ ਫੀਮ ਦੇ ਠੇਕੇ ਖੁੱਲ੍ਹਣ ਅਤੇ ਭੁੱਕੀ ਦੇ ਠੇਕੇ ਖੁੱਲ੍ਹਣ। ਯਾਨੀ ਕਿ ਤੁਹਾਡੇ ਕਹਿਣ ਮੁਤਾਬਕ ਜੇ ਫੀਮ ਦੀ ਖੇਤੀ ਹੁੰਦੀ ਹੈ ਤਾਂ ਕਿਸਾਨੀ ਅਤੇ ਜਵਾਨੀ ਦੋਵਾਂ ਨੂੰ ਲਾਭ ਹੋਏਗਾ, ਬੜਾ ਵੱਡਾ ਫਾਇਦਾ ਹੋਣਾ ਜੀ, ਬਹੁਤ ਪੰਜਾਬ ਦੇ ਅੰਦਰ ਗਹਿਰਾ, ਮੈਂ ਕਹਿੰਦਾ ਲੋਕ ਹੱਸਦੇ ਵੱਸਦੇ ਰਹਿਣਗੇ, ਅਤੇ ਕਿਤਨਾ ਚਿੱਟਾ ਚੱਲਣ ਡਿਆ ਆ, ਮੈਂ ਕਹਿੰਦਾ ਚਿੱਟੇ ਨੂੰ ਬਹੁਤ ਵੱਡੀ ਨੱਥ ਪੈ ਜੂ, ਲੋਕ ਚਿੱਟਾ ਨਹੀਂ ਪੀਣਗੇ। ਫੀਮ ਖਾਣਾ ਗਹਿਰਾ ਰਾਜਿਆਂ ਦਾ ਖਾਣਾ ਹੈ, ਕੋਈ ਨਿੱਕਾ ਮੋਟਾ ਨਹੀਂ ਖਾ ਜਾਂਦਾ, ਇਹਨੂੰ ਰਾਜੇ ਖਾਂਦੇ ਆ, ਪਰ ਉਹ ਰਾਜੇ ਖਾਂਦੇ ਫਿਰ ਚੀਕਾਂ ਹੀ ਮਰਾਉਂਦੇ ਆ ਖਾ ਕੇ, ਫਿਰ ਤਾਂ ਬੋਲਦੇ ਆ ਨਾ ਭਾਸ਼ਣ ਕਰਦੇ ਆ ਫਿਰ ਚੀਕਾਂ ਹੀ ਮਰਾਉਂਦੇ ਫਿਰ ਖਾ ਕੇ, ਉਸ ਤਰ੍ਹਾਂ ਨਹੀਂ ਚੀਕਾਂ ਵੱਜਦੀਆਂ, ਖਾਧੀ ਉਹਦੇ ਫਿਰ ਹੀ ਚੀਕਾਂ ਵੱਜਦੀਆਂ। ਠੀਕ ਹੈ ਨਾ, ਅਤੇ ਫੀਮ ਦੇ ਠੇਕੇ ਪੰਜਾਬ 'ਚ ਖੁੱਲ੍ਹਣੇ ਚਾਹੀਦੇ ਆ, ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਫਿਰ ਅਪੀਲ ਕਰਦਾ, ਅਤੇ ਪੰਜਾਬ ਦੇ ਅੰਦਰ ਠੇਕੇ ਖੋਲ੍ਹਣ, ਉਹ ਸੈਂਟਰ 'ਚ ਕਿਹਦਾ ਰਾਜ ਹੋਣਾ, ਸੈਂਟਰ ਤੋਂ ਮੰਗ ਕਰਨ, ਅਤੇ ਪੰਜਾਬ ਦੇ ਅੰਦਰ ਖਾਦੀ ਖੇਤੀ ਦੇ ਕਿਹੜੀ ਫੀਮ ਹੈ ਨਾ, ਫੀਮ ਖਾਣ ਤੁਰੋ ਬੰਦਾ ਫੀਮ ਖਾਂਦਾ ਕਿ ਇਹਨੂੰ ਸ਼ੂਗਰ ਆ, ਵੇਖੋ ਫੀਮ ਖਾਣ ਤੋਂ ਬਾਅਦ ਮੈਨੂੰ ਲੱਗਦਾ ਕਿ ਇਹਨੂੰ ਸ਼ੂਗਰ ਖਤਮ ਹੋ ਜਾਂਦੀ ਆ, ਬੜੀਆਂ ਗੋਲੀਆਂ 'ਚ ਪੈਂਦੀ ਆ, ਬੜੀਆਂ ਇਹਨੂੰ ਡਾਕਟਰ ਦੱਸਦੇ ਆ, ਡਾਕਟਰਾਂ ਦੀ ਕਹਿਣੀ ਆ, ਅਤੇ ਆ ਫੀਮ ਖਾਣੀ ਚਾਹੀਦੀ ਆ, ਫੀਮ ਖਾਵਾਂਗੇ, ਫੀਮ ਨਾਲ ਇੱਕ ਅਟੈਕ ਨਹੀਂ ਹੁੰਦਾ ਬੰਦੇ ਦੀ, ਸਿਹਤ ਗਿਰੀ ਆ, ਕਿੱਦਣ ਕਹੋ ਕਿੱਦਣ ਕਹੋ ਉੱਦਣ ਕਹੋ ਠੀਕ ਹੁੰਦੀ ਆ। ਠੀਕ ਹੈ ਜੀ।